ਸਮਾਣਾ ਪਾਤਰਾ ਸੜਕ ਤੇ ਪਿੰਡ ਪ੍ਰੇਮ ਸਿੰਘ ਵਾਲਾ ਮੋੜ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਨੂੰ ਕਾਰ ਨੇ ਟੱਕਰ ਮਾਰੀ। ਇਸ ਦੇ ਵਿੱਚ ਵਾਟਰ ਸਪਲਾਈ ਵਿਭਾਗ ਸੇ ਲੱਗਿਆ ਇੱਕ ਮੁਲਾਜ਼ਮ ਰਾਮ ਸਿੰਘ ਜਿਹੜੇ ਕਿ ਇਸ ਹਾਦਸੇ ਵਿੱਚ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਮਵੀ ਕਲਾ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਕਰਾ ਸਮਾਣਾ ਸਰਕਾਰੀ ਹਸਪਤਾਲ ਦੇ ਵਿੱਚ ਪਰਿਜਨਾਂ ਨੂੰ ਸੌਂਪ ਦਿੱਤਾ ਗਿਆ ਹੈ ਔਰ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਿਆਤ ਵਾਹਨ ਚਾਲਕ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਸਾਡੇ ਚਾਚਾ ਜੀ ਦੀ ਰਾਮ ਸਿੰਘ ਜੀ ਇਹ ਵਾਟਰ ਸਪਲਾਈ ਵਿੱਚ ਮੁਲਾਜ਼ਮ ਤੇ ਜੀ ਇਹ ਜੀ ਮਤਲਬ ਉਧਰ ਸ਼ਾਹਪੁਰ ਵੱਲ ਜਾ ਰਹੇ ਤੇ ਸ਼ਾਇਦ ਡਿਊਟੀ ਜਾ ਰਹੇ ਤੇ ਜਾਂ ਕੋਈ ਹੋਰ ਕੰਮ ਜਾ ਰਹੇ ਤੇ ਇੱਕ ਕਾਰ ਆਈ ਇਹਦੇ ਪਿੱਛੇ ਪੀਲੇ ਰੰਗ ਦੀ ਉਹ ਸਪੀਡ 'ਚ ਜਾ ਦਿੱਤੀ ਉਹ ਕਾਰ ਵਾਲੇ ਨਾਲ ਐਕਸੀਡੈਂਟ ਹੋਇਆ ਉਹਨੇ ਸੱਜੀ ਸਾਈਡ ਜਾ ਕੇ ਮਾਰੀ ਮੋਟਰਸਾਈਕਲ ਆ ਜੀ ਇਹ ਇਕੱਲੇ ਜੀ ਵੀ ਮੌਕੇ ਦੀ ਮੌਕੇ ਦੀ ਮੌਤ ਹੋ ਗਈ। ਹਾਂਜੀ ਹਾਂਜੀ ਇਕੱਲੇ ਦੀ ਆਈ ਡਿਊਟੀ ਸ਼ਾਹਪੁਰ ਆਈ ਇਹਨਾਂ ਦੀ ਇਹ ਵਾਟਰ ਸਪਲਾਈ ਵਾਲੀ ਟੈਂਕੀ ਤੇ ਲੱਗਿਆ ਹੋਇਆ ਸੀਗਾ ਜੀ ਸ਼ਾਹਪੁਰ ਜੀ। ਇਹ ਜੀ ਇੱਕ 4:30 ਵਜੇ ਸ਼ਾਮ ਨੂੰ ਆਪਣਾ ਜਾ ਰਿਹਾ ਸੀਗਾ ਜੀ ਉੱਧਰ ਡਿਊਟੀ 'ਤੇ ਇੱਧਰੋਂ ਆਪਣਾ ਸਹਿਜ ਗੱਡੀ ਗਈ ਆ ਜੀ ਸਮਾਣੇ ਸਾਈਡ ਤੋਂ ਆਈ ਹੈ। ਬਸ ਜਦੋਂ ਉੱਥੇ ਪਹੁੰਚਿਆ ਜੀ ਠੇਕੇ ਦੇ ਸਾਹਮਣੇ ਪ੍ਰੇਮ ਸਿੰਘ ਵਾਲੇ ਮੋੜ 'ਤੇ ਜੀ ਮੈਂ ਗੱਡੀ ਨੇ ਚੱਕ ਲਿਆ ਜੀ ਅੱਕੇ ਭੜਕਾ ਕੇ ਮਾਰਿਆ ਜੀ ਬਹੁਤ ਉੱਚੇ ਡਿੱਗਣ ਸਾਰ ਇਹਦੀ ਡੈਥ ਹੋ ਗਈ ਜੀ। ਬਿਆਨ ਆ ਜੀ ਸੰਤੋਖ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਧਰਮਗੜ੍ਹ ਜੀ ਇਹਦੇ ਬਿਆਨਾਂ 'ਤੇ ਪਰਚਾ ਦੇਤਾ ਜੀ ਐੱਫ ਆਈ ਆਰ ਲੌਂਚ ਕਰਤੀ ਅੰਡਰ ਸੈਕਸ਼ਨ 279/427/304A IPC ਅਣਪਛਾਤਾ ਸਰ ਉਹ ਭੱਜਿਆ ਹੋਇਆ ਜੀ ਗ੍ਰਿਫਤਾਰ ਕਰ ਲਾਂਗੇ ਅੱਜ ਕੱਲ੍ਹ 'ਚ। ਬਿਆਨ ਲਿਖਿਆ ਜੀ ਸੰਤੋਖ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਧਰਮਗੜ੍ਹ ਇਹਨਾਂ ਦੇ ਬਿਆਨ 'ਤੇ ਐੱਫ ਆਈ ਆਰ ਲੌਂਚ ਕੀਤੀ। ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ ਸਮਾਣਾ ਨਿਊਜ਼।